ਸਾਬਕਾ ਸਰਪੰਚ ਬਲਵੀਰ ਕੌਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੱਲ ਰਾਤ ਇੱਕ ਇੰਸੀਡੈਂਸ ਮੇਰੇ ਨਾਲ ਹੋਇਆ ਪਹਿਲਾਂ SHO ਸਾਹਿਬ ਨੇ ਮੇਰੇ ਕੋਲੋਂ ਫੋਨ ਖੋ ਕੇ ਮੈਨੂੰ ਗਾਲ ਗਲੋਚੀ ਕੀਤੀ ਸਾਰੀ ਵੀਡੀਓ ਸਾਰਾ ਕੁਛ ਪ੍ਰੂਫ ਸਾਡੇ ਕੋਲ ਨੇ ਅੱਜ ਤੱਕ ਅਸੀਂ ਉਹ ਵਾਇਰਲ ਨਹੀਂ ਕੀਤੇ ਉਹਦੇ ਚਲਦੇ ਅੱਜ ਇੱਕ ਇੰਸੀਡੈਂਸ ਹੋਰ ਹੋ ਗਿਆ ਜਿਹਦੇ ਵਿੱਚ ਮੇਰੇ ਵੀਰ ਸੁਭਾਸ਼ ਸਰਪੰਚ ਕੋਲ ਪਚੇਲ ਦੇ ਮੇਰਾ ਵੀਰ ਵਿਪਨ ਔਰ ਇਹ ਮੇਰੇ ਕੈਪਟਨ ਰਿਟਾਇਰ ਆਏ ਮੇਰੇ ਵੀਰ ਇਹਨਾਂ ਨਾਲ ਇੰਨੀ ਕੁ ਜ਼ਿਆਦਾ ਮਾਰ ਕਟਾਈ ਕੀਤੀ ਗਈ ਪੱਗ ਉਤਾਰੀ ਗਈ ਹਰ ਤਰ੍ਹਾਂ ਦਾ ਉਹ ਸਲੂਕ ਕੀਤਾ ਗਿਆ ਜੋ ਇੱਕ ਅਸੀਂ ਕੁੱਤੇ ਡੰਗਰ ਨਾਲ ਵੀ ਨਹੀਂ ਕਰਦੇ ਅੱਜ ਉਹ ਪੰਚਾਂ ਸਰਪੰਚਾਂ ਦੇ ਨਾਲ ਉਹ ਸਲੂਕ ਸਾਡੇ ਨਾਲ ਹੋਇਆ ਅਰਨੀਏ ਦੇ ਵਿੱਚ ਔਰ ਉਸ ਤੋਂ ਬਾਅਦ ਇਸ ਜਗ੍ਹਾ ਤੇ DSP ਹੈੱਡਕੁਆਰਟਰ SP ਹੈੱਡਕੁਆਰਟਰ DSP ਆਰਸਪੁਰਾ SSP ਚੰਦਨ ਕੋਹਲੀ ਸਰ ਅੱਜ ਇੱਥੇ ਆਏ ਉਹਨਾਂ ਨੇ ਆ ਕੇ ਸਾਨੂੰ ਇੱਕ ਆਸ਼ਵਾਸਨ ਦਿੱਤਾ ਕਿਉਂਕਿ ਅੱਜ ਇਸ ਮੇਰੇ ਵੀਰ ਤੋਂ ਖਲੋਤਾ ਨਹੀਂ ਜਾ ਰਿਹਾ ਇਹ ਬੜੀ ਮਤਲਬ ਕਿ ਸ਼ਰਮ ਦੀ ਗੱਲ ਆ ਸਾਡੇ ਤੋਂ ਖਲੋਤਾ ਨਹੀਂ ਜਾ ਰਿਹਾ ਜੋ ਸਾਡੇ ਹਾਲਾਤ ਨੇ ਔਰ ਇਹਨਾਂ ਦੀ ਮੈਡੀਕਲ ਇਸ ਟਾਈਮ ਹੋਊਗਾ ਜੋ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਪੂਰੇ ਪੰਚਾਂ ਸਰਪੰਚਾਂ ਦੇ ਸਾਹਮਣੇ ਪੂਰੇ ਲੋਕਾਂ ਦੇ ਸਾਹਮਣੇ ਪੂਰੇ ਡਿਪਾਰਟਮੈਂਟ ਦੇ ਸਾਹਮਣੇ ਕਿ SHO ਅਰਨੀਆਂ ਨੂੰ ਅਟੈਚ ਕੀਤਾ ਜਾਊਗਾ ਕੱਲ੍ਹ ਤੋਂ ਹੈੱਡਕੁਆਰਟਰ ਵਾਸਤੇ 10 ਦਿਨ ਦੀ ਇਹਨਾਂ ਦੀ ਇਨਕੁਆਇਰੀ ਬੈਠੂਗੀ ਔਰ 10 ਦਿਨ ਦੇ ਬਾਅਦ ਜੋ ਵੀ ਡਿਸੀਜ਼ਨ ਆਊਗਾ FIR ਲੱਗਣ ਵਾਲਾ ਡਿਸੀਜ਼ਨ ਆਊਗਾ FIR ਲੱਗੂਗੀ ਸਸਪੈਂਡ ਹੋਣ ਵਾਲਾ ਡਿਸੀਜ਼ਨ ਆਊਗਾ ਸਸਪੈਂਡ ਹੋਣਗੇ ਕਿਉਂਕਿ ਡਿਪਾਰਟਮੈਂਟ ਨੇ ਇਨਕੁਆਇਰੀ ਤਾਂ ਕਰਨੀ ਆ ਸਾਡੇ ਬੋਲਣ ਦੀ ਗੱਲ ਤਾਂ ਹੈਗੀ ਆ ਮੈਮ ਕੀ ਲੱਗਦਾ ਹੈ ਆਪਕੋ ਆਪਕੀ ਜਿਸ ਜੈਸੇ ਆਪਕੇ ਸਾਥ ਸਲੂਕ ਹੋਇਆ ਹੈ ਤੋ ਆਪ ਕੀ ਚਾਹਤੇ ਹੈ ਕਿ ਇਸਕੋ ਸਸਪੈਂਡ ਹੋਣਾ ਚਾਹੀਏ ਜਾਂ ਨਹੀਂ ਚਾਹੀਏ ਦੇਖੇ ਐਸਾ ਆਫੀਸਰ ਤੋਂ ਡਿਪਾਰਟਮੈਂਟ ਮੇਂ ਹੋਣਾ ਨਹੀਂ ਚਾਹੀਏ ਜਿਸਨੇ ਅੱਜ ਪੂਰਾ JKP ਕਾ ਸਰ ਨੀਚੇ ਕਰ ਦਿਆ ਜਿਸਨੇ ਯੇ ਜੋ ਹਮ ਬੋਲਦੇ ਥੇ ਪ੍ਰਾਊਡਲੀ ਕਿ ਹਮਾਰੀ JKP ਬਹੁਤ ਅੱਛੀ ਹੈ ਹਮਾਰੀ JKP ਬਹੁਤ ਓਨੈਸਟ ਹੈ ਹਮਾਰੇ JKP ਜੈਸਾ ਕੋਈ ਕਾਮ ਨਹੀਂ ਕਰ ਸਕਤਾ ਆਜ ਵੋ ਬੋਲਨੇ ਮੇਂ ਸ਼ਰਮ ਆ ਰਹੀ ਹੈ ਆਜ ਹਮ ਯਹਾਂ ਪੇ ਖੜੇ ਹੈ ਔਰ ਕੱਲ ਰਾਤ ਸੇ ਹੋ ਰਹਾ ਹੈ ਯੇ ਆਜ ਸੇ ਨਹੀਂ ਹੁਆ ਯੇ ਕੱਲ ਰਾਤ ਸੇ ਚੱਲ ਰਹਾ ਹੈ ਹਮ ਲੋਗ ਮੈਂਟਲੀ ਹਰਾਸ ਹੋਏ ਮੈਂਟਲੀ ਟੋਰਚਰ ਹੋਏ ਹਮ ਲੋਗ ਫਿਜ਼ੀਕਲੀ ਹਮਾਰੇ ਸਾਥ ਅਸਾਲਟ ਹੁਆ ਇਤਨੀ ਬੁਰੀ ਹਾਲਤ ਹੋਈ ਹਮਾਰੀ ਔਰ ਆਜ ਹਮ ਯਹਾਂ ਪੇ SSP ਸਾਹਿਬ ਸੇ ਡਿਮਾਂਡ ਉਨਕੇ ਇੱਕ ਆਸ਼ਵਾਸਨ ਕੀ ਵਜ੍ਹਾ ਸੇ ਕਿਉਂਕਿ ਵੋ ਓਨੈਸਟ ਆਫੀਸਰ ਹੈ ਆਜ ਤੱਕ ਉਨ੍ਹਾਂ ਨੇ ਕੁਛ ਗਲਤ ਨਹੀਂ ਕੀਆ ਹਮਾਰੇ DSP ਆਰਸਪੁਰਾ ਔਰ SP ਹੈੱਡਕੁਆਰਟਰ ਇਨ ਤੀਨ ਬੰਦੋ ਕੇ ਤੀਨ ਆਫੀਸਰ ਹਨ ਜਿਨਕੋ ਹਮ ਭਾਈ ਵੀ ਬੋਲਤੇ ਆਫੀਸਰ ਵੀ ਬੋਲਤੇ ਇਨਕੀ ਜ਼ੁਬਾਨ ਕੇ ਰਹਤੇ ਆਜ ਹਮ ਯਹਾਂ ਸੇ ਉੱਠ ਰਹੇ ਹੈਂ उनका एक आश्वासन है कि 10 दिन की इन पे इंक्वायरी होगी और आज इनका एक मेडिकल होगा बहुत बड़े वाला कि प्रॉपर कितनी चोटें आई हैं उसका MLC बनेगा और रहती खूती जो भी हमारे पास वीडियो रिकॉर्डिंग एंड ऑल वो सब हमसे ली जाएंगी और उनके ऊपर प्रॉपर एक कानूनों कार्रवाई होगी और हाँ एक चीज